ਲੋ ਜੀ ਸੈਂਡ ਬਲਾਸਟ ਤੋਂ ਬਾਅਦ ਆ ਪਿਆ ਸਮਾਨ ਆਪਦੇ ਕੋਲ ਰਿੰਮਾਂ ਦੇ ਘੇਰੇ ਖੋਲ ਕੇ ਪੇਂਟ ਕਰਦੇ ਹਾਂ ਪਲੇਟਾਂ ਆਪਾਂ ਪ੍ਰਾਈਮਰ ਲੱਗਿਆ ਪਿਆ ਆਹ ਦੇਖੋ ਆਹ ਬੰਪਰ ਸੈਂਡ ਬਲਾਸਟ ਹੋਇਆ ਪਿਆ ਆਹ ਬੰਪਰ ਪ੍ਰਾਈਮਰ ਲੱਗਿਆ ਪਿਆ ਆਹ ਅਗਲੇ ਰਿੰਮ 750 ਵਾਲੀ ਆਹ ਫੋਰਡ ਪੇਂਟ ਹੋਇਆ ਪਿਆ ਆਸਟ੍ਰੇਲੀਆ ਵਾਲਿਆਂ ਦਾ ਆਹ ਬੰਪਰ ਦੇਖੋ ਆ ਪਲੇਟਾਂ ਸਭ ਪ੍ਰਾਈਮਰ ਲਾਇਆ ਪਿਆ ਖੋਲ੍ਹ ਕੇ ਆਪਾਂ ਇਹ ਨਹੀਂ ਇਕੱਠੇ ਨੂੰ ਮਾਰਦੇ ਰੰਗ ਸਭ ਚੀਜ਼ਾਂ ਨਵੀਆਂ ਕਿੱਲੀਆਂ ਪਾਵਾਂ ਆਉਣਗੀਆਂ ਦੇਖੋ ਆਹ ਕਨੇਡਾ ਵਾਲਾ ਫੋੜ ਬੰਪਰ ਅੱਜ ਕੱਸ ਦੇਂਗੇ ਇਹਦੇ ਟੂਲ ਬਾਕਸਾਂ ਦੇ ਸਟੈਂਡ ਬਣ ਰਹੇ ਨੇ ਸੀਟ ਦਾ ਬਕਸਾ ਬਣਾਉਣਾ ਥੱਲੇ ਸੀਟ ਫਿਰ ਉੱਚੀ ਕਰਨ ਵਾਸਤੇ ਇਹਨੂੰ ਸਟਾਰਟ ਕਰਤਾ ਰਮਾ ਹੋ ਗਿਆ ਇਹ ਬਾਕੀ ਬਸ ਇਕੱਠੀ ਵੱਡੀ ਸਾਰੀ ਵੀਡੀਓ ਬਣਾਵਾਂਗੇ ਉਦੋਂ ਬਾਅਦ ਉਹਦੀ ਛਤਰੀ ਆ ਕਰਾਉਣ ਵਾਲੀ ਕਨੇਡਾ ਵਾਲੀ ਫੋਰਡ ਦੀ ਆ ਸਕੂਟਰ ਵੀ ਰੈਡੀ ਕਰਨਾ ਇਸ ਤੋਂ ਬਾਅਦ ਕਨੇਡਾ ਜਾਊਗਾ ਕਿਹਨਾਂ ਦੀ ਜੀਪ ਤਿਆਰ ਕਰਾਂਗੇ ਆਹ ਵੀ ਫੋਰਡ ਜਰਮਨੀ ਵਾਲਾ ਆ ਚੈੱਕ ਕਰੀਆਂ ਨੇ ਬੱਚੇ ਆਪਣੇ ਲੈਂਡ ਮੈਂਡ ਚੈੱਕ ਕਰਕੇ ਫਿਰ ਪੇਂਟ ਮਾਰਾਂਗੇ ਇਹਨਾਂ ਦੇ ਸੈਂਡ ਬਲਾਸਟ ਕਰਤੇ ਸ਼ੋਰੀ ਪੇਂਟ ਕੁਆਲਿਟੀ ਦੋ ਫੋਟ ਆ ਖੜੇ ਨੇ ਢਕੇ ਇਹਨਾਂ ਦਾ ਨੰਬਰ ਹੌਲੀ ਹੌਲੀ ਲੱਗੂਗਾ ਦੇਖ ਲਈ ਕਮਾਂ ਮਾਰ ਦੂੰਗੀ ਯਾਰ ਇੱਕ ਸਾਲ ਕਰਦਾ ਦੂੰਗਾ ਨਹੀਂ ਮਾਣਾ ਜੀ ਨਾ ਨਹੀਂ ਮੀਏ ਬਸ ਤਾਂ ਪ੍ਰੋਬਲਮ ਤੇ ਕਰ